140 ਬੈਟਰੀ ਟਰੈਕਟਰ ਹੈਗਾ ਜੀ। ਐਮਐਸਸੀ ਟਰੈਕਟਰ ਦੇ ਨਾਲ ਜੀ ਇਹ ਚੱਕੀ ਚੱਲ ਰਹੀ ਹੈ ਜੀ, ਅਤੇ ਆਟਾ ਪੀਸ ਰਹੇ ਨੇ ਜੀ। ਇਹ ਦੇਸੀ ਜਗਾਲ ਲਗਾਇਆ ਹੋਇਆ ਜੀ, ਇਹ ਦੇਖੋ ਮੈਂ ਤੁਹਾਨੂੰ ਅਸੀਂ ਚੈੱਕ ਕਰਵਾ ਰਹੇ ਹਾਂ ਜੀ। ਹਾਂਜੀ ਇਹ ਦੇਖੋ ਆਟਾ ਚੱਕੀ ਚੱਲ ਰਹੀ ਹੈ ਜੀ। ਇਹ ਸ਼ਾਫਟ ਹੈਗੀ ਹੈ, ਸ਼ਾਫਟ ਦੇ ਜ਼ਰੀਏ ਜਿਹੜਾ ਇਹ ਚੱਕਰ ਹੈ ਇਹਦੇ ਨਾਲ ਜੀ ਆਟਾ ਪੀਸਣ ਵਾਲੀ ਜਿਹੜੀ ਹੈ ਲਗਾਈ ਹੋਈ ਹੈ ਮਸ਼ੀਨ, ਅਤੇ ਇਹ ਬਗੈਰ ਬਿਜਲੀ ਤੋਂ ਜੀ ਇੰਤਜ਼ਾਮ ਹੈ ਜੀ। ਟਰੈਕਟਰ ਦੇ ਉੱਤੇ ਜਗਾਲ ਲਗਾਇਆ ਹੋਇਆ ਜੀ। ਅਸਲਾਮ ਵਾਲੇਕਮ ਦੋਸਤੋ। ਅੱਛਾ ਦੋਸਤ ਮੈਨੂੰ ਇਹ ਦੱਸ ਕਿ ਇਹ ਜਿਹੜੇ ਚਲਾ ਰਹੇ ਹੋ ਘੰਟੇ ਦੇ ਵਿੱਚ ਕਿੰਨਾ ਤੇਲ ਪੀਂਦਾ? 5 ਤੋਂ 6 ਲੀਟਰ। ਕਿੰਨੇ ਗੱਟੂ ਪੀਸਾ ਜਾਂਦੇ ਨੇ? 6 ਤੋਂ 5 ਗੱਟੂ ਜਿਹੜੇ ਹੈਗੇ ਆ ਉਹ ਤੁਸੀਂ ਪੀਸ ਲੈਂਦੇ ਹੋ? ਅੱਛਾ ਜਿਹੜੇ ਕੱਟੂ ਜਿਹੜੇ ਆ ਨਾ ਪੀਸਦੇ, ਇਹਨਾਂ ਦਾ 5 ਲੀਟਰ ਤੇਲ ਲੱਗਦਾ ਹੈਗਾ ਜੀ।